गढ़शंकर दे नजदीक पिंड बिरमपुर च बेहद शर्मसार करने वाला मामला सामने आया जिथे एक 14 साल की नाबालिग लड़की नाल पिंड दे ही चंदू ना दे लड़के वालों बलात्कार वर्गी घटिया हरकत करने की कोशिश की गई है। पीड़ित लड़की का कहना है कि वो पिंड दे ही धार्मिक स्थान से मत्था टेकन गई सी। जदों मत्था टेक के घर वापस आने लगी तो उथे मौजूद चंदू ना दे लड़के ने उसनु अपने कोल बुलाया ते कोई नशीले चीज सुंघा के धार्मिक स्थान के पिछे लै गया। ਰੋਜ਼ੇ ਮੱਥਾ ਟੇਕ ਕੇ ਨਿਆਣੇ ਬੱਚੇ ਆਏ ਸੀ ਨਾਲ 14 ਸਾਲ ਦੀ ਮੇਰੀ ਲੜਕੀ ਆ ਮੱਥਾ ਟੇਕ ਕੇ ਬੱਚੇ ਮੁੜਦੇ ਕੁੜੀ ਨਹੀਂ ਲੱਭੀ ਉਹ ਕੁੜੀ ਬੱਚੇ ਰੋਂਦੇ ਘਰ ਚਲ ਗਏ ਆ ਜਾਂ ਰੋਂਦੇ ਘਰ ਚਲ ਗਏ ਬੱਚੇ ਤਾਂ ਉਹਦੀ ਮਾਤਾ ਅੱਧਾ ਘੰਟਾ ਬਾਅਦ ਉਸ ਕੁੜੀ ਨੂੰ ਦੇਖਣ ਆਈ ਆ ਅਤੇ ਕੁੜੀ ਨਹੀਂ ਕਿਤੇ ਲੱਭਦੀ ਬੈਟਰੀ ਲੈ ਕੇ ਉਹ ਅੰਦਰ ਲੱਭਣ ਲੱਗੀ ਜਦੋਂ ਅੰਦਰ ਲੱਭਦੀ ਨਾਲ ਇੱਕ ਮੁੰਡਾ ਉਹਨੇ ਹੋਰ ਲਿਆ ਹਨੇਰਾ ਸੀ ਹਨੇਰੇ ਦੇ ਵਿੱਚ ਲੱਭਦਿਆਂ ਜਦੋਂ ਲੱਭੇ ਤਾਂ ਅੰਦਰ ਸੀ ਕੁੜੀ ਨੂੰ ਉਹਨੇ ਗਵਾਹ ਕੀਤਾ ਸੀ ਗਲ ਦੇ ਵਿੱਚ ਕੱਪੜਾ ਪਾਇਆ ਸੀ ਕੁੜੀ ਨੂੰ ਬੋਲਣ ਜੋਗਾ ਨਹੀਂ ਛੱਡਿਆ ਉਹ ਜੀ ਆਪਣੇ ਚੰਦਾ ਉਹਨੇ ਕੀਤਾ ਸੀ ਜੀ ਅਤੇ ਉਸ ਬੰਦੇ ਨੇ ਇਹਨਾਂ ਨੇ ਫਿਰ ਕੁੜੀ ਨੂੰ ਅੰਦਰੋਂ ਕੱਢਿਆ ਹਨੇਰੇ 'ਚੋਂ ਮੁੰਡਾ ਭੱਜ ਗਿਆ ਧੱਕੇ ਮਾਰ ਕੇ ਜੀ ਪਿੰਡ ਦਾ ਹੀ ਮੁੰਡਾ ਵੀਰੋਪੁਰ ਦਾ ਹੀ ਹੈ ਜੀ ਵੀਰੋਪੁਰ ਦਾ ਹੀ ਮੁੰਡਾ ਉਹਦਾ ਨਾਂ ਪੱਪੂ ਆ ਜੀ ਉਹਦੇ ਪੇਜ ਦੇ ਨਾਂ ਪੱਕਾ ਮੈਨੂੰ ਨਾਂ ਦਾ ਪਤਾ ਨਹੀਂ ਜੀ ਠੀਕ ਹੈ ਨਾ ਜੀ ਮੁੰਡੇ ਦਾ ਨਾਂ ਕੀ ਮੁੰਡੇ ਦਾ ਚੰਦਨ ਹੈ ਜੀ ਚੰਦੂ ਨਾਲ ਮੁੰਡਾ ਸੀ ਜਿਹਨੇ ਮੈਨੂੰ ਫੜ ਕੇ ਮੇਰਾ ਗਲਾ ਗੁਲਾ ਕੁੱਟਿਆ ਤੇ ਮੂੰਹ ਤੇ ਚੁੰਨੀ ਦੇ ਕੇ ਮੈਨੂੰ ਕੁੱਟਿਆ ਤੇ ਜਬਰਦਸਤੀ ਖਾਣ ਲੱਗ ਪਿਆ ਮੀਨ ਮੈਂ ਕੱਪੜੇ ਕੁੱਪੜੇ ਖਿੱਚੇ ਉਸ ਵਾਰ ਮੈਂ ਬੇਹੋਸ਼ ਹੋ ਗਈ ਤੇ ਮੈਨੂੰ ਪਤਾ ਨਹੀਂ ਕੀ ਕੀਤਾ ਉਹਨੇ ਮੇਰੇ ਨਾਲ ਕੇਸ ਦੇ ਵਿੱਚ ਹਰਪਾਲ ਕੌਰ ਪਤਨੀ ਮੱਖਰ ਸਿੰਘ ਨੇ ਐਸ ਆਈ ਰੰਜਨਾ ਕੁਮਾਰੀ ਪਾਸ ਆਪਣੇ ਬਿਆਨ ਦਰਜ ਕਰਵਾਏ ਸੀਗੇ ਕਿ ਉਸ ਲੜਕੀ ਜੋ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਜਿਹਦੀ ਉਮਰ ਕਰੀਬ 14 ਸਾਲ ਨਾਂ ਉਹਦਾ ਬਲਜੀਤ ਕੌਰ ਹੈ ਪਿੰਡ ਦੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਸੀ ਅਤੇ ਮੱਥਾ ਟੇਕਣ ਦੇ ਦੌਰਾਨ ਹੀ ਪਿੰਡ ਦਾ ਹੀ ਇੱਕ ਚੰਦੂ ਲਾਲ ਨਾਂ ਦਾ ਲੜਕਾ ਹੈ ਜੋ ਉਹਨੂੰ ਮੌਕੇ ਤੋਂ ਮੱਥਾ ਟੇਕਦੇ ਨੂੰ ਖਿੱਚ ਕੇ ਨਾਲ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਉਸਨੇ ਕੀਤੀ ਹੈਗੀ ਆ ਅਤੇ ਲੇਕਿਨ ਰੌਲਾ ਪੈਣ 'ਤੇ ਉਹ ਉੱਥੋਂ ਮੌਕੇ ਤੋਂ ਭੱਜ ਗਿਆ ਜਿਸ 'ਤੇ ਸਬ ਇੰਸਪੈਕਟਰ ਨੇ ਮੌਕੇ 'ਤੇ ਜਾ ਕੇ ਪੂਰੀ ਛਾਣਬਾਣ ਕੀਤੀ ਹੈਗੀ ਉਸ ਤੋਂ ਬਾਅਦ ਇਹ ਉਸਦੇ ਬਿਆਨ ਦੇ ਉੱਪਰ ਜਿਸਦੀ ਮਾਤਾ ਦੇ ਬਿਆਨ 'ਤੇ ਪਰਚਾ ਕੇਸ ਰਜਿਸਟਰ ਕੀਤਾ ਹੈਗਾ ਕੇਸ ਰਜਿਸਟਰ ਕਰਕੇ ਉਹਨੂੰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈਗੀ ਆ ਲੜਕੀ ਦਾ ਮੈਡੀਕਲ ਲੀਗਲ ਐਗਜ਼ਾਮੀਨੇਸ਼ਨ ਵੀ ਕਰਵਾਇਆ ਗਿਆ ਹੈਗਾ ਅਤੇ ਹਰ ਇੱਕ ਸੰਭਵ ਆਪਣੇ ਐਫਰਟ ਕੀਤੀ ਜਾ ਰਹੀ ਹੈਗੀ ਆ ਲੜਕੇ ਨੂੰ ਛੇਤੀ ਤੋਂ ਛੇਤੀ ਅਕਿਊਜ਼ਡ ਜੋ ਹੈਗਾ ਉਹਨੂੰ ਅਰੈਸਟ ਕਰਨ ਦੇ ਸਰ ਕਿਹੜੀ ਸੈਕਸ਼ਨ ਦੇ ਧਾਰਾ ਲੱਗੀ ਇਹ 376, 511, 353 ਵਗੈਰਾ ਦੇ ਵਿੱਚ ਇਹ ਪਰਚਾ ਦਿੱਤਾ।